ਯਾਰ ਕਿੱਦਾਂ? ਬਹੁਤ ਵਧੀਆ। ਕਿੱਦਾਂ ਰਹੀ ਫਿਲਮ? ਅੱਛੀ ਮੂਵੀ ਆ। ਅੱਛਾ ਕਨਸੈਪਟ ਆ, ਠੀਕ। ਹਾਊ ਮੱਚ ਵੀਡੀਓ ਸਕੋਰ ਆਊਟ? 5/5. ਕਿੱਦਾਂ ਭਾਜੀ, ਕਿੱਦਾਂ ਰਹੀ ਫਿਲਮ? ਫਿਲਮ ਬਹੁਤ ਵਧੀਆ ਸੀ ਵੀਰੇ, ਘੈਂਟ ਸੀਗੀ। ਕੀ ਮੈਸੇਜ ਦੇ ਕੇ ਗਈ ਫਿਲਮ? ਮੈਸੇਜ ਬੇਸਿਕਲੀ ਆਈ ਸੀਗੀ ਆਪਦੇ ਵਤਨ ਨਾਲ ਪਿਆਰ ਕਰੋ, ਹੈ ਨਾ। ਆਪਣੀ ਜਿਹੜੀ ਜਿਵੇਂ ਕਹਿ ਲਓ ਕਿ ਆਪਣਾ ਦੇਸ਼ ਨੂੰ ਉਹਨਾਂ ਨੂੰ ਛੱਡ ਕੇ ਜਾਣਾ, ਬੇਸਿਕਲੀ ਇਹੀ ਮੈਸੇਜ ਸੀਗਾ ਇਹਦਾ। ਕਿੱਦਾਂ ਰਹੀ? ਬਹੁਤ ਵਧੀਆ ਵੀਰੇ, ਬਹੁਤ ਵਧੀਆ। ਕਿੰਨੇ ਸਕੋਰ ਦਿਓਗੇ? ਹਾਂਜੀ, 5.5। ਭਾਈ ਕਿੱਦਾਂ ਰਹੀ? ਬਹੁਤ ਵਧੀਆ। ਹਾਊ ਵਾਜ਼ ਦ ਮੂਵੀ? ਸੌਰੀ, ਹਾਊ ਵਾਜ਼ ਦ ਮੂਵੀ? ਦਿਸ ਇਜ਼ ਵੈਰੀ ਨਾਈਸ, ਵੈਰੀ ਨਾਈਸ, ਇੰਜੋਏਡ, ਵੈਰੀ ਨਾਈਸ, ਯੇ ਕਾਮੇਡੀ, ਯੇ ਆਈ ਲਵ ਇਟ। ਕੈਸੀ ਲਗੀ ਮੂਵੀ ਆਪਕੋ? ਬਹੁਤ ਵਧੀਆ, ਬਹੁਤ ਵਧੀਆ। ਮੈਮ ਭਾਈ ਕਿੱਦਾਂ ਲੱਗੀ ਮੂਵੀ? ਇਟ ਵਾਸ ਗੁੱਡ ਮੂਵੀ। ਇੱਕ ਹਟਕੇ ਦੀ ਸਟੋਰੀ ਆ, ਬਹੁਤ ਵਧੀਆ ਇੱਕ ਸਟੋਰੀ ਅਤੇ ਐਂਟਰਟੇਨਿੰਗ ਰੋਮਾਂਸ, ਇਟ ਵਾਸ ਗੁੱਡ। ਭਾਜੀ ਕਿੱਦਾਂ? ਵਧੀਆ ਲੱਗੀ। ਕਿੰਨੇ ਸਕੋਰ ਦਿਓਗੇ 5 'ਚੋਂ? 5 ਲੱਗੇ। ਮੈਮ ਕੈਸੀ ਰਹੀ? ਬਹੁਤ ਵਧੀਆ, ਬਹੁਤ ਵਧੀਆ। ਮੈਮ ਕੈਸੀ ਲੱਗੀ? ਅੱਛਾ, ਦੇਖ ਲਈਏ ਤਾਂ ਹੁਣ ਬਾਹਰ ਆ ਰਹੇ ਨੇ ਬਹੁਤ ਜ਼ਿਆਦਾ ਜੀ, ਬਹੁਤ ਐਕਸਾਈਟਮੈਂਟ ਔਰ ਬੜਾ ਪਿਆਰ ਦਿੱਤਾ ਤੁਸੀਂ ਫਿਲਮ ਦੇ। ਤੁਹਾਨੂੰ ਕਿਵੇਂ ਲੱਗੀ ਸਟੋਰੀ? ਪਹਿਲੀ ਫਿਲਮ ਆ ਔਰ ਪਹਿਲੀ ਫਿਲਮ 'ਚ ਬਹੁਤ ਕੁਝ ਸਿੱਖਿਆ। ਤੁਸੀਂ ਆਪਣਾ ਪਿਆਰ ਦਿਓ ਇਸ ਫਿਲਮ ਨੂੰ, ਜਿਹਨਾਂ ਨੇ ਨਹੀਂ ਦੇਖਿਆ ਜਾ ਕੇ ਦੇਖੋ, ਤਾਂ ਜੋ ਅਸੀਂ ਅੱਗੇ ਹੋਰ ਵਧੀਆ ਕੰਟੈਂਟ ਕਰ ਸਕੀਏ। ਪੰਜਾਬੀ ਪਲੀਜ਼ ਕੱਲ ਜਾਓ, ਥੋੜੀ ਉੱਚੇ ਬੋਲਣਾ ਪਏਗਾ। ਸ਼ਰਾਰਤ ਮੈਡਮ ਹੱਸਣ ਦੀ ਪ੍ਰੈਕਟਿਸ ਕੀਤੀ ਸੀ ਜਾਂ ਹੱਸਣ ਦੀ ਪ੍ਰੈਕਟਿਸ ਕੀਤੀ ਸੀ ਚੁੜੈਲ ਦੀ ਤਰ੍ਹਾਂ? ਬਹੁਤ ਵਧੀਆ ਜੀ, ਬਹੁਤ ਵਧੀਆ। ਮਾਲਵੀ, ਆਰ ਯੂ ਸਕੈਰਡ? ਬਹੁਤ ਕਿਊਟ ਪੂਤ ਹੈ, ਬਹੁਤ ਕਿਊਟ ਲੜਕੀ ਵੀ, ਬਹੁਤ ਕਿਊਟ ਹੈ ਭਾਜੀ। ਸਾਹਮਣੇ ਹੋਰ ਮਿਹਨਤ ਕਰੇ ਬੈਠੇ।
ਮੈਂ ਗੱਲ ਜ਼ੋਰ ਕਰਨੀ ਚਾਹੁੰਦਾ, ਮੈਂ ਯੂਕੇ ਤੋਂ ਆਇਆ ਸਪੈਸ਼ਲਿਸਟ ਜਿਹੜੇ ਪ੍ਰੀਮੀਅਰ ਦੇ ਲਈ। ਇਹ ਫਿਲਮ ਬਣਨ ਦੇ ਪਿੱਛੇ ਇੱਕ ਸਭ ਤੋਂ ਖੂਬਸੂਰਤ ਸਟੋਰੀ ਇਹ ਆ ਕਿ ਪੰਜਾਬੀਆਂ ਦਾ ਕਹਿੰਦੇ ਦਿਲ ਬਹੁਤ ਵੱਡਾ ਹੁੰਦਾ, ਅਤੇ ਖਾਸ ਤੌਰ 'ਤੇ ਸਰਦਾਰ ਬਗੀਚਾ ਸਿੰਘ ਸੰਧੂ ਸਾਡੇ ਯੂਕੇ ਦੀ ਐਸੀ ਪਰਸਨੈਲਿਟੀ ਆ, ਪਰਮਾਤਮਾ ਦੀ ਉਹਨਾਂ 'ਤੇ ਬੜੀ ਕਿਰਪਾ ਆ ਹਰ ਗੱਲ ਦੇ ਵੱਲੋਂ। ਸਾਡੇ ਵੀਰ ਧੀਰਾ ਗਿੱਲ ਜੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਆ, ਇਹ ਮਸ਼ਹੂਰ ਨੇ ਸਾਡੇ ਪੂਰੇ ਪੰਜਾਬੀਆਂ ਦੇ ਵਿੱਚ ਕਿ ਆਪਣੇ ਇਲਾਕੇ ਦੇ ਵਿੱਚ ਸੋਸ਼ਲ ਵਰਕਰ ਦੇ ਲਈ ਕੋਈ ਵੀ ਬੰਦਾ ਇਹਨਾਂ ਦੇ ਕੋਲ ਕਦੀ ਵੀ ਕੋਈ ਫਰਿਆਦ ਲੈ ਕੇ ਆਇਆ, ਰੱਬ ਰੂਪ ਦੇ ਵਿੱਚ ਇਹਨਾਂ ਪੂਰੀ ਕੀਤੀ ਆ। ਧੀਰੇ ਗਿੱਲ ਸਾਡੇ ਵੀਰ ਨੇ ਵੀ ਦੇਖਿਆ ਕਿ ਭਾਅ ਜੀ ਸਾਡਾ ਇੱਕ ਸੁਪਨਾ ਆ ਵੀ ਇਹ ਕਰਨਾ, ਅਤੇ ਇਹ ਸੁਪਨਾ ਕੋਈ ਛੋਟਾ ਨਹੀਂ, ਤੁਹਾਨੂੰ ਪਤਾ ਕਿ ਫਿਲਮਾਂ ਬਣਾਉਣੀਆਂ ਅਤੇ ਰਿਲੀਜ਼ ਕਰਨੀਆਂ, ਇੱਕ ਵਾਲਾ ਹੀ ਦਾ ਖੜਾ ਨਹੀਂ, ਅਤੇ ਅਸੀਂ ਸਲਿਊਟ ਕਰਦੇ ਹਾਂ ਸਰਦਾਰ ਜੀ, ਤੁਸੀਂ ਕਿਉਂ ਸੋਚ ਲਈ ਇੱਕ ਸ਼ਬਦ ਬੋਲ ਲੱਗੇ ਅਤੇ ਇਹਨਾਂ ਨੇ ਕਿਹਾ ਕਿ ਆਹ ਚੁੱਕੋ ਦੱਸੋ ਪੈਸੇ ਕਿੰਨੇ ਲੱਗ ਰਹੇ ਆ। ਥੈਂਕ ਯੂ ਬਗੀਚਾ ਭਾਅ ਜੀ ਕਿ ਤੁਸੀਂ ਇੰਨਾ ਸਾਥ ਦਿੱਤਾ, ਅਤੇ ਉਸ ਤੋਂ ਵੀ ਵਧੀਆ ਗੱਲ ਇਹ ਸਭ ਤੋਂ ਵਧੀਆ ਗੱਲ ਕਿ ਪ੍ਰੋਡਿਊਸਰ ਹਮੇਸ਼ਾ ਸੈੱਟ 'ਤੇ ਰਹਿੰਦੇ ਆ ਵੀ ਕੀ ਹੁੰਦਾ ਪਿਆ, ਇਹਨੇ ਇੱਕ ਵਾਰ ਕਿਹਾ ਕਿ ਆਹ ਲਓ ਚੁੱਕੋ ਪੈਸੇ ਫਿਲਮ ਬਣਾ ਕੇ ਮੇਰੇ ਕੋਲ ਲੈ ਕੇ ਆਇਓ, ਅਤੇ ਅੱਜ ਉਹ ਫਿਲਮ ਬਣਾ ਕੇ ਤੁਹਾਡੇ ਸਾਹਮਣੇ ਰੱਖੀ ਆ। ਸੋ ਕੰਮ ਕਰਦੇ ਬਹੁਤ ਗਲਤੀਆਂ ਹੁੰਦੀਆਂ ਨੇ, ਅਤੇ ਗਲਤੀਆਂ ਤੋਂ ਇਨਸਾਨ ਸਿੱਖਦਾ, ਹਰ ਕੋਈ ਇਨਸਾਨ ਗਲਤੀ ਨਹੀਂ ਕਰਦਾ, ਗਲਤੀ ਉਹੀ ਕਰਦਾ ਜਿਹੜਾ ਉਹ ਕੰਮ ਕਰਦਾ, ਅਤੇ ਅਸੀਂ ਇਹ ਕੰਮ ਕਰਦੇ ਰਹਾਂਗੇ, ਤੁਹਾਡਾ ਮਿਲ ਕੇ ਕਰਦੇ ਰਹਾਂਗੇ। ਸੋ ਇਹੀ ਆ ਕਿ ਹੁਣ ਤੁਸੀਂ ਸਾਨੂੰ ਘਰ ਘਰ ਪਹੁੰਚਾਓ, ਆਪਾਂ ਕਹਿੰਦੇ ਤਾਂ ਜ਼ਰੂਰ ਆ ਪਰ ਪੰਜਾਬੀ ਇੱਕ ਜ਼ਰੂਰੀ, ਇਹ ਹਮੇਸ਼ਾ ਅਸੀਂ ਕਹਿੰਦੇ ਹਾਂ ਵਾਇਰਸੀ 'ਤੇ ਕੰਟਰੋਲ ਕਰੋ, ਬੜੀ ਮੁਸ਼ਕਲ ਦੇ ਨਾਲ ਇਹ ਚੀਜ਼ਾਂ ਬਣਦੀਆਂ ਨੇ, ਅਤੇ ਪਲੀਜ਼ ਜਿਵੇਂ ਇੱਕ ਨਿਊਜ਼ ਲਾਉਣ ਲੱਗੇ ਵੀ ਆਪਾਂ ਕਹਿੰਦੇ ਕਿ ਭਾਈ ਸਾਡੀ ਨਿਊਜ਼ ਨਾਲ ਚੋਰੀ ਕਰਿਓ, ਅਤੇ ਅਸੀਂ ਵੀ ਇਹ ਕਹਿੰਦੇ ਭਾਈ ਸਾਡੀ ਚੋਰੀ ਕਰਿਓ, ਪਲੀਜ਼ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ, ਆਲ ਦੀ ਬੈਸਟ। ਇਟ ਵਾਜ਼ ਵੈਰੀ ਨਾਈਸ, ਥੈਂਕ ਯੂ। ਕਰੋ ਸਾਨੂੰ ਅਤੇ ਕੱਲ੍ਹ ਜਾਓ ਦੇਖੋ ਸਾਡੀ ਹਾਈ ਬੀਬੀ ਕਿੱਥੇ ਫਸ ਗਏ, ਕੱਲ੍ਹ ਰਿਲੀਜ਼ ਹੋ ਰਹੀ ਹੈ ਸਾਰੇ ਸਿਨੇਮਾ ਘਰਾਂ 'ਚ, ਪਲੀਜ਼ ਪਲੀਜ਼ ਸਾਡੀ ਦੇਖੋ, ਸਾਨੂੰ ਸਪੋਰਟ, ਧੰਨਵਾਦ। ਆਲ ਦਾ ਬੈਸਟ ਟੂ ਦ ਫਿਲਮ, ਥੈਂਕ ਯੂ।